1.37 ਲੱਖ ਤਨਖਾਹ ਦੀ ਨੌਕਰੀ ਲਈ ਇਜ਼ਰਾਈਲ ਜਾਣ ਲਈ ਤਿਆਰ ਹੋਏ ਲੋਕ। ਭਾਰਤੀ ਕੇਂਦਰਾਂ 'ਚ ਲੱਗੀਆਂ ਵੱਡੀਆਂ ਵੱਡੀਆਂ ਲਾਈਨਾਂ। ਇਜ਼ਰਾਈਲ ਨੇ ਵੱਡੀ ਗਿਣਤੀ 'ਚ ਕੱਢ ਦਿੱਤੀਆਂ ਨੇ ਹੁਣ ਨੌਕਰੀਆਂ। ਭਾਰਤੀ ਕੇਂਦਰਾਂ ਦੇ ਅੱਗੇ ਵੱਡੀਆਂ ਵੱਡੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ। ਇਜ਼ਰਾਈਲ ਨੇ ਇਸ ਸਮੇਂ ਬੰਪਰ ਭਰਤੀਆਂ ਕੱਢੀਆਂ ਨੇ। ਇਸ ਦੇ ਲਈ ਲੋਕ ਆਪਣੀ ਜਾਨ ਖਤਰੇ ਵਿੱਚ ਪਾ ਕੇ ਵੀ ਇਜ਼ਰਾਈਲ ਜਾਣ ਨੂੰ ਤਿਆਰ ਨੇ। ਹਮਾਸ ਨਾਲ ਚੱਲ ਰਹੀ ਜੰਗ ਦੌਰਾਨ ਇਜ਼ਰਾਈਲ ਨੇ ਵੱਡੀ ਗਿਣਤੀ 'ਚ ਨੌਕਰੀਆਂ ਕੱਢ ਦਿੱਤੀਆਂ ਨੇ। ਇਜ਼ਰਾਈਲ ਨੇ ਚੰਗੀ ਤਨਖਾਹ ਅਤੇ ਸਹੂਲਤਾਂ ਦੀ ਪੇਸ਼ਕਸ਼ ਕੀਤੀ ਹੈ। ਇਹਨਾਂ ਭਰਤੀਆਂ ਵਿੱਚ ਹਿੱਸਾ ਲੈਣ ਲਈ ਦੇਸ਼ ਭਰ ਤੋਂ ਲੋਕ ਪਹੁੰਚ ਰਹੇ ਨੇ ਅਤੇ ਭਰਤੀ ਕੇਂਦਰਾਂ ਦੇ ਬਾਹਰ ਹਜ਼ਾਰਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਇਹ ਭਰਤੀ ਮੁਹਿੰਮ NSDCI ਦੁਆਰਾ ਚਲਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ 31 ਜਨਵਰੀ ਤੱਕ 5,500 ਤੋਂ ਵੱਧ ਲੋਕਾਂ ਦੀ ਭਰਤੀ ਮੁਕੰਮਲ ਹੋ ਚੁੱਕੀ ਹੈ। ਇਜ਼ਰਾਈਲ ਨੇ 10,000 ਹੁਨਰਮੰਦ ਕਾਮਿਆਂ ਦੀ ਮੰਗ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਯੁੱਧ ਕਾਰਨ ਇਜ਼ਰਾਈਲ ਵਿੱਚ ਕਾਮਿਆਂ ਦੀ ਕਮੀ ਹੈ। ਅਜਿਹੇ 'ਚ ਉਹਨਾਂ ਨੇ ਭਾਰਤ ਨੂੰ ਲੋਕ ਭੇਜਣ ਦੀ ਬੇਨਤੀ ਕੀਤੀ ਹੈ। ਹੁਣ ਹਰਿਆਣਾ, ਪੰਜਾਬ, ਯੂਪੀ, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਦੇ ਹਜ਼ਾਰਾਂ ਲੋਕ ਭਰਤੀ ਦੀ ਕਤਾਰ ਵਿੱਚ ਦਿਖਾਈ ਦੇ ਰਹੇ ਨੇ। ਰੋਹਤਕ ਦੇ ਭਰਤੀ ਕੇਂਦਰ 'ਤੇ ਵੀ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ। ਇੱਥੇ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਕੰਮ ਲਈ ਆਪਣੀ ਜਾਨ ਦਾਅ 'ਤੇ ਲਾਉਣ ਲਈ ਵੀ ਤਿਆਰ ਨੇ। ਇਸ ਹੁਨਰਮੰਦ ਇਜ਼ਰਾਈਲ ਨੂੰ ਬਾਰ ਬੈਂਡਰ, ਮੇਸਨ, ਮਾਰਬਲ ਮੇਸਨ, ਸ਼ਟਰਿੰਗ, ਕਾਰਪੈਂਟਰ ਆਦਿ ਨੌਕਰੀਆਂ ਲਈ ਨਿਯੁਕਤ ਕੀਤਾ ਗਿਆ ਹੈ। ਇਸ ਵਿੱਚ ਤਨਖਾਹ 1.37 ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗੀ। ਇਸ ਤੋਂ ਇਲਾਵਾ ਮੈਡੀਕਲ ਬੀਮੇ, ਭੋਜਨ ਅਤੇ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਸਾਰਿਆਂ ਨੂੰ 1,65,000 ਰੁਪਏ ਪ੍ਰਤੀ ਮਹੀਨਾ ਬੋਨਸ ਵੀ ਮਿਲੇਗਾ। ਕੇਂਦਰ ਮੰਤਰੀ ਨੇ ਕਿਹਾ ਹੈ ਕਿ ਭਾਰਤ ਨਾ ਸਿਰਫ ਇਜ਼ਰਾਈਲ ਸਗੋਂ ਹੋਰ ਦੇਸ਼ਾਂ ਨੂੰ ਵੀ ਹੁਨਰਮੰਦ ਕਾਮੇ ਮੁਹੱਈਆ ਕਰਵਾਉਣ ਲਈ ਤਿਆਰ ਹੈ। ਤੁਹਾਨੂੰ ਦੱਸ ਦਈਏ ਕਿ ਹਮਾਸ ਦੇ ਨਾਲ ਜੰਗ ਦੇ ਦੌਰਾਨ ਇਜ਼ਰਾਈਲ ਨੇ ਵੱਡੀ ਗਿਣਤੀ ਵਿੱਚ ਫਲਸਤੀਨੀਆਂ ਦੇ ਵਰਕ ਪਰਮਿਟ ਰੱਦ ਕਰ ਦਿੱਤੇ ਨੇ। ਅਜਿਹੇ 'ਚ ਹੁਣ ਇਸ ਨੂੰ ਭਾਰਤ ਅਤੇ ਹੋਰ ਦੇਸ਼ਾਂ ਤੋਂ ਹੁਨਰਮੰਦ ਕਾਮਿਆਂ ਦੀ ਤਲਾਸ਼ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। 1.37 ਲੱਖ ਤਨਖਾਹ ਦੀ ਨੌਕਰੀ ਲਈ ਇਜ਼ਰਾਈਲ ਜਾਣ ਲਈ ਤਿਆਰ ਹੋਏ ਲੋਕ। ਭਾਰਤੀ ਕੇਂਦਰਾਂ 'ਚ ਲੱਗੀਆਂ ਵੱਡੀਆਂ ਵੱਡੀਆਂ ਲਾਈਨਾਂ। ਇਜ਼ਰਾਈਲ ਨੇ ਵੱਡੀ ਗਿਣਤੀ 'ਚ ਕੱਢ ਦਿੱਤੀਆਂ ਨੇ ਹੁਣ ਨੌਕਰੀਆਂ। ਭਾਰਤੀ ਕੇਂਦਰਾਂ ਦੇ ਅੱਗੇ ਵੱਡੀਆਂ ਵੱਡੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ। ਇਜ਼ਰਾਈਲ ਨੇ ਇਸ ਸਮੇਂ ਬੰਪਰ ਭਰਤੀਆਂ ਕੱਢੀਆਂ ਨੇ। ਇਸ ਦੇ ਲਈ ਲੋਕ ਆਪਣੀ ਜਾਨ ਖਤਰੇ ਵਿੱਚ ਪਾ ਕੇ ਵੀ ਇਜ਼ਰਾਈਲ ਜਾਣ ਨੂੰ ਤਿਆਰ ਨੇ। ਹਮਾਸ ਨਾਲ ਚੱਲ ਰਹੀ ਜੰਗ ਦੌਰਾਨ ਇਜ਼ਰਾਈਲ ਨੇ ਵੱਡੀ ਗਿਣਤੀ 'ਚ ਨੌਕਰੀਆਂ ਕੱਢ ਦਿੱਤੀਆਂ ਨੇ। ਇਜ਼ਰਾਈਲ ਨੇ ਚੰਗੀ ਤਨਖਾਹ ਅਤੇ ਸਹੂਲਤਾਂ ਦੀ ਪੇਸ਼ਕਸ਼ ਕੀਤੀ ਹੈ। ਇਹਨਾਂ ਭਰਤੀਆਂ ਵਿੱਚ ਹਿੱਸਾ ਲੈਣ ਲਈ ਦੇਸ਼ ਭਰ ਤੋਂ ਲੋਕ ਪਹੁੰਚ ਰਹੇ ਨੇ ਅਤੇ ਭਰਤੀ ਕੇਂਦਰਾਂ ਦੇ ਬਾਹਰ ਹਜ਼ਾਰਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਇਹ ਭਰਤੀ ਮੁਹਿੰਮ NSDCI ਦੁਆਰਾ ਚਲਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ 31 ਜਨਵਰੀ ਤੱਕ 5,500 ਤੋਂ ਵੱਧ ਲੋਕਾਂ ਦੀ ਭਰਤੀ ਮੁਕੰਮਲ ਹੋ ਚੁੱਕੀ ਹੈ। ਇਜ਼ਰਾਈਲ ਨੇ 10,000 ਹੁਨਰਮੰਦ ਕਾਮਿਆਂ ਦੀ ਮੰਗ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਯੁੱਧ ਕਾਰਨ ਇਜ਼ਰਾਈਲ ਵਿੱਚ ਕਾਮਿਆਂ ਦੀ ਕਮੀ ਹੈ। ਅਜਿਹੇ 'ਚ ਉਹਨਾਂ ਨੇ ਭਾਰਤ ਨੂੰ ਲੋਕ ਭੇਜਣ ਦੀ ਬੇਨਤੀ ਕੀਤੀ ਹੈ। ਹੁਣ ਹਰਿਆਣਾ, ਪੰਜਾਬ, ਯੂਪੀ, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਦੇ ਹਜ਼ਾਰਾਂ ਲੋਕ ਭਰਤੀ ਦੀ ਕਤਾਰ ਵਿੱਚ ਦਿਖਾਈ ਦੇ ਰਹੇ ਨੇ। ਰੋਹਤਕ ਦੇ ਭਰਤੀ ਕੇਂਦਰ 'ਤੇ ਵੀ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ।
ਇੱਥੇ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਕੰਮ ਲਈ ਆਪਣੀ ਜਾਨ ਦਾਅ ਤੇ ਲਾਉਣ ਲਈ ਵੀ ਤਿਆਰ ਨੇ। ਇਸ ਹੁਨਰਮੰਦ ਇਜ਼ਰਾਈਲ ਨੂੰ ਬਾਰ ਬੈਂਡਰ, ਮੇਸਨ, ਮਾਰਬਲ ਮੇਸਨ, ਸ਼ਟਰਿੰਗ ਕਾਰਪੈਂਟਰ ਆਦਿ ਨੌਕਰੀਆਂ ਲਈ ਨਿਯੁਕਤ ਕੀਤਾ ਗਿਆ ਹੈ। ਇਸ ਵਿੱਚ ਤਨਖਾਹ 1.37 ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗੀ। ਇਸ ਤੋਂ ਇਲਾਵਾ ਮੈਡੀਕਲ ਬੀਮੇ, ਭੋਜਨ ਅਤੇ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਸਾਰਿਆਂ ਨੂੰ 1,65,1500 ਰੁਪਏ ਪ੍ਰਤੀ ਮਹੀਨਾ ਬੋਨਸ ਵੀ ਮਿਲੇਗਾ। ਕੇਂਦਰ ਮੰਤਰੀ ਨੇ ਕਿਹਾ ਹੈ ਕਿ ਭਾਰਤ ਨਾ ਸਿਰਫ ਇਜ਼ਰਾਈਲ ਸਗੋਂ ਹੋਰ ਦੇਸ਼ਾਂ ਨੂੰ ਵੀ ਹੁਨਰਮੰਦ ਕਾਮੇ ਮੁਹੱਈਆ ਕਰਵਾਉਣ ਲਈ ਤਿਆਰ ਹੈ। ਤੁਹਾਨੂੰ ਦੱਸ ਦੇਈਏ ਕਿ ਹਮਾਸ ਦੇ ਨਾਲ ਜੰਗ ਦੇ ਦੌਰਾਨ ਇਜ਼ਰਾਈਲ ਨੇ ਵੱਡੀ ਗਿਣਤੀ ਵਿੱਚ ਫਲਸਤੀਨੀਆਂ ਦੇ ਵਰਕ ਪਰਮਿਟ ਰੱਦ ਕਰ ਦਿੱਤੇ ਨੇ। ਅਜਿਹੇ 'ਚ ਹੁਣ ਇਸ ਨੂੰ ਭਾਰਤ ਅਤੇ ਹੋਰ ਦੇਸ਼ਾਂ ਤੋਂ ਹੁਨਰਮੰਦ ਕਾਮਿਆਂ ਦੀ ਤਲਾਸ਼ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ।